For good health, please subscribe A1 Healthcare. For better music, subscribe A1 Music. For best informational programs, please subscribe A1 Punjabi TV. And for all updated news, please subscribe A1 News. ਦੁਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ਦੀ ਅਗਵਾਈ ਵਿੱਚ ਇਲਾਕੇ ਦੇ ਸੈਂਕੜਾ ਕਿਸਾਨਾਂ ਨੇ ਇਕੱਠੇ ਹੋ ਕੇ ਵਿਧਾਇਕ ਸੰਗਤ ਸਿੰਘ ਗਿਲਜ਼ੀਆਂ ਨੂੰ ਮੰਗ ਪੱਤਰ ਦਿੱਤਾ। ਮੰਗ ਪੱਤਰ ਰਾਹੀਂ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਗੰਨੇ ਦੀ ਕੀਮਤ 650 ਰੁਪਏ ਪ੍ਰਤੀ ਕੁਇੰਟਲ ਕੀਤੀ ਜਾਵੇ ਅਤੇ ਕਿਸਾਨਾਂ ਨੂੰ ਕੀਤੇ ਕਰਜ਼ ਮਾਫੀ ਦੇ ਵਾਅਦੇ ਮੁਤਾਬਕ ਕਿਸਾਨਾਂ ਦੇ ਕਰਜ਼ ਮਾਫ ਕੀਤੇ ਜਾਣ। ਉਹਨਾਂ ਨੇ ਨਾਲ ਹੀ ਚੀਨੀ ਦੀਆਂ ਮਿੱਲਾਂ ਨੂੰ ਵੀ ਸ਼ੁਰੂ ਕਰਨ ਲਈ ਕਿਹਾ। ਕਿਸਾਨਾਂ ਨੇ ਕਿਹਾ ਕਿ ਜੇਕਰ 10 ਦਿਨਾਂ ਦੇ ਅੰਦਰ ਉਹਨਾਂ ਦੀਆਂ ਸਾਰੀਆਂ ਮੰਗਾਂ ਉੱਤੇ ਧਿਆਨ ਨਹੀਂ ਦਿੱਤਾ ਗਿਆ ਤਾਂ ਕਿਸਾਨ GT ਰੋਡ ਤੇ ਬੈਠਣ ਲਈ ਮਜਬੂਰ ਹੋ ਜਾਣਗੇ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਹ ਇਦਾਂ ਜੀ, ਅੱਜ ਇੱਥੇ ਆਪਾਂ MLA ਸਾਹਿਬ ਦੇ ਦਫ਼ਤਰ ਆਏ ਹਾਂ। ਇਹਨਾਂ ਨੇ ਇੱਕ ਮੰਗ ਪੱਤਰ ਅੱਜ ਦੇਣਾ ਸੀਗਾ ਕਿ ਸਾਡਾ ਜਿਹੜਾ ਗੰਨੇ ਦਾ ਮਸਲਾ ਇਹ ਹਰੇਕ ਸਾਲ ਅੱਜ ਕੱਲ੍ਹ ਆ ਕੇ ਅੜ ਜਾਂਦਾ ਆ। ਗੰਨੇ ਦਾ ਰੇਟ ਜਿਹੜਾ ਪਿਛਲੇ 3-4 ਸਾਲਾਂ ਤੋਂ ਸਾਡਾ ਵਧਿਆ ਨਹੀਂ, ਅਤੇ ਉਹ ਜਿਹੜਾ ਐਤਕੀ ਸੈਂਟਰ ਸਰਕਾਰ ਨੇ ਗੰਨੇ ਦਾ ਰੇਟ 25 ਰੁਪਈਏ ਵਧਾ ਦਿੱਤਾ ਆ, ਸਾਡੀ ਪੰਜਾਬ ਸਰਕਾਰ ਹਾਲੇ ਚੁੱਪ ਬੈਠੀ ਆ। ਇਸ ਕਰਕੇ ਅਸੀਂ ਜਿਹੜਾ ਮੰਗ ਪੱਤਰ ਆ ਜਿਨ੍ਹਾਂ ਦੇ ਕੋਲ ਲੈ ਕੇ ਆਏ ਸੀ ਸਾਡੇ ਹਲਕਾ ਵਿਧਾਇਕ ਆ, ਅਸੀਂ ਇਹਨਾਂ ਨੂੰ ਰਿਕੁਐਸਟ ਕਰਦੇ ਕਿ ਸਾਡਾ ਗੰਨੇ ਦਾ ਜਿਹੜਾ ਰੇਟ ਆ ਉਹ ਪਲੱਸ ਆਪਣੇ ਕੋਲੋਂ ਜਿੰਨਾ ਪਾਉਣਾ ਪਾ ਕੇ, ਪਿਛਲੀ ਵਾਰੀ 300 ਰੁਪਈਆ ਸਾਨੂੰ ਮਿਲਿਆ ਸੀ, ਐਤਕੀ ਸਾਨੂੰ 350 ਰੁਪਈਆ ਦਵਾ ਦੇਣ। ਅਤੇ ਇੱਕ ਸਾਡਾ ਮਸਲਾ ਸੀਗਾ ਜਿਹੜੀ 238 ਵਰਾਇਟੀ ਆ ਸਾਡੀ, ਉਹ ਹਰੇਕ ਸਾਲ ਉਹਨੂੰ ਆਰਜ਼ੀ ਤੌਰ 'ਤੇ ਜਿਹੜਾ ਉਹ ਅਰਲੀ ਦੇ ਵਿੱਚ ਕਰਦੀਆਂ ਸਰਕਾਰਾਂ। ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੀ ਇਹ ਸਾਡੀ ਵਰਾਇਟੀ ਹੈ ਇਹਨੂੰ ਪੱਕੇ ਤੌਰ 'ਤੇ ਅਰਲੀ ਦੇ ਵਿੱਚ ਕੀਤਾ ਜਾਵੇ। ਇੱਕ ਕਿਸਾਨੀ ਮਸਲਾ, ਸਾਡੇ ਕਿਸਾਨੀ ਕਰਜ਼ਾ ਆ ਉਹਦਾ ਮਸਲਾ ਵੜਾ ਅੜਿਆ ਆ। ਚੋਣਾਂ ਤੋਂ ਪਹਿਲਾਂ ਸਰਕਾਰ ਨੇ ਵਾਅਦਾ ਕੀਤਾ ਸੀਗਾ ਕਿ ਆਪਾਂ ਜਿਹੜਾ ਕਿਸਾਨੀ ਜਿਹੜਾ ਕਰਜ਼ਾ ਉਹ ਮਾਫ਼ ਕਰਾਂਗੇ, ਉਹ ਹਾਲੇ ਤੱਕ ਕੋਈ ਉਹਦਾ ਅਮਲ ਨਹੀਂ ਹੋਇਆ। ਉਹਦੀ ਇੱਕ ਬੇਨਤੀ ਅਸੀਂ ਇਹਨਾਂ ਨੂੰ ਕੀਤੀ ਆ। ਇੱਕ ਸਾਡਾ ਮਿੱਲਾਂ ਚਲਾਉਣ ਦਾ, ਹਰੇਕ ਸਾਲ ਮਿੱਲਾਂ ਲੇਟ ਚੱਲਦੀਆਂ ਆ, ਅਸੀਂ ਚਾਹੁੰਦੇ ਹਾਂ ਕਿ ਐਤਕੀ ਜਿਹੜੀਆਂ ਮਿੱਲਾਂ ਆ, ਕਿਉਂਕਿ ਪੈਦਾਵਾਰ ਬਹੁਤ ਜ਼ਿਆਦਾ ਗੰਨੇ ਦੀ ਆ, ਵਧੀਆ ਗੰਨਾ ਆ। ਅੱਜ ਮੇਰੇ ਸਤਿਕਾਰਯੋਗ ਸਾਰੇ ਕਿਸਾਨ ਵੀਰ ਮੇਰੇ ਜੋ ਕਿ ਗੰਨੇ ਦੀ ਕਾਸ਼ਤ ਕਰਦੇ ਨੇ, ਉਹਨਾਂ ਨੇ ਇੱਕ ਮੰਗ ਪੱਤਰ ਦਿੱਤਾ ਆਪਣੀਆਂ ਮੁਸ਼ਕਲਾਂ ਵਾਸਤੇ, ਅਤੇ ਮੁਸ਼ਕਲਾਂ ਉਹਨਾਂ ਦੀਆਂ ਬਿਲਕੁਲ ਜੈਨੂਨ ਨੇ। ਗੰਨੇ ਦਾ ਭਾਅ ਜਿਹੜਾ ਆ ਸੈਂਟਰ ਸਰਕਾਰ ਨੇ ਵਧਾਇਆ, ਅਤੇ ਚਾਹੁੰਦੇ ਨੇ ਪੰਜਾਬ ਵੀ ਨਾਲ ਥੋੜ੍ਹਾ ਬਹੁਤਾ ਵਧਾ ਕੇ ਅਤੇ ਪੂਰਾ ਇਹਨਾਂ ਨੂੰ ਜਿਹੜਾ ਰੇਟ ਮਿਲ ਸਕੇ। ਹੋਰ ਛੋਟੀ ਛੋਟੀਆਂ ਜਿਹੜੀਆਂ ਇਹਨਾਂ ਦੀਆਂ ਡਿਮਾਂਡਾਂ ਨੇ ਉਹ ਕੈਪਟਨ ਸਾਹਿਬ ਦੇ ਧਿਆਨ 'ਚ ਲਿਆਉਣੀਆਂ ਜਾਣਗੀਆਂ, ਤਾਂ ਕਿ ਸਾਰਾ ਜਿਹੜਾ ਇਹਨਾਂ ਦਾ ਮਸਲਾ ਜਿਹੜਾ ਐਡਵਾਂਸ ਮਿਲ ਚੱਲਣ ਦਾ, 238 ਵਰਾਇਟੀ ਦਾ ਜੋ ਗੰਨੇ ਦਾ ਬਜਾਈ ਜਿਹੜੀ ਐਡਵਾਂਸ ਜਿਹੜੀ ਹੈ ਮਿਲ ਚੁੱਕਦੀ ਹੈ, ਉਹ ਪੱਕੇ ਤੌਰ 'ਤੇ ਕਦੇ ਕੀਤਾ ਜਾਵੇ ਜ਼ਰੂਰ ਕਰਾਂਗੇ। For good health, please subscribe A1 Healthcare. For better music, subscribe A1 Music. For best informational programs, please subscribe A1 Punjabi TV. And for all updated news, please subscribe A1 News.